ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੇ ਮੁੜ ਵਸੇਵੇ ਨੂੰ ਯਕੀਨੀ ਬਣਾਉਣ ਅਤੇ ਉਹਨਾਂ ਦਾ ਸਾਰਾ ਕਰਜ਼ਾ ਮਾਫ਼ ਕਰਨ, ਫਸਲਾਂ, ਮਾਲ, ਡੰਗਰਾਂ ਅਤੇ ਘਰਾਂ ਦੇ ਨੁਕਸਾਨ ਦੀ ਪੂਰਤੀ ਕਰਨ ਅਤੇ ਵੰਡ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਇਸ ਤ੍ਰਾਸਦੀ ਦੇ ਝੰਬੇ ਵਿੱਚ ਲੋਕ ਲੰਬਾ ਸਮਾਂ ਨਹੀਂ ਉੱਠ ਸਕਣਗੇ। ਉਹਨਾਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਮੁੱਚੇ ਧਾਰਮਿਕ ਜਗਤ, ਸਮਾਜ ਸੇਵੀ ਸੰਸਥਾਵਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਵੱਲੋਂ ਅੱਜ ਭੇਜੀ ਗਈ ਸਮੱਗਰੀ ਵਿੱਚ ਭੁੱਜੇ ਛੋਲੇ, ਰਸ, ਬਿਸਕਿਟ, ਤਰਪਾਲਾਂ, ਮੱਛਰਦਾਨੀਆਂ, ਪੀਣ ਵਾਲੇ ਪਾਣੀ ਦੀਆਂ ਬੋਤਲਾਂ, ਬੈਟਰੀਆਂ, ਮੋਮਬੱਤੀਆਂ, ਸਾਬਣ, ਤੇਲ, ਵੱਖ ਵੱਖ ਦਵਾਈਆਂ ਤੋਂ ਇਲਾਵਾ ਮਾਹਿਰ ਡਾਕਟਰਾਂ ਦੀ ਟੀਮ, ਐਂਬੂਲੈਂਸ ਟੀਮ, ਪਸ਼ੂਆਂ ਲਈ ਫੀਡ ਆਦਿ ਵੀ ਸ਼ਾਮਲ ਸਨ। ਹੜ੍ਹ ਪ੍ਰਭਾਵਿਤ ਅਤੇ ਨੱਕੋ ਨੱਕ ਪਾਣੀ 'ਚ ਡੁੱਬੇ ਪਿੰਡ ਦੇ ਲੋੜਵੰਦ ਪਰਿਵਾਰਾਂ ਤੱਕ ਲੋੜੀਂਦੀਆਂ ਵਸਤਾਂ ਪਹੁੰਚਾਉਣ ਸੰਬੰਧੀ ਇਸ ਕਾਫਲੇ ਨਾਲ ਚੱਲਣ ਵਾਲੇ ਟਕਸਾਲ ਦੇ ਭੁਚੰਗੀ ਸਿੰਘਾਂ 'ਚ ਦਿਲੀ ਜਜ਼ਬਾ ਵੇਖਣ ਨੂੰ ਮਿਲਿਆ। ਸੂਤਰਾਂ ਅਨੁਸਾਰ ਸੁਲਤਾਨਪੁਰ ਲੋਧੀ ਏਰੀਏ ਦੇ ਪਿੰਡ ਗਿੱਦੜ ਪਿੰਡੀ, ਚੰਨਣ ਵਿੰਡੀ, ਵਾਟਾਂ ਵਾਲੀ ਵੱਡੀ, ਛੋਟੀ ਨਸੀਰਪੁਰ, ਕਤਵੀਵਾਲ, ਡੇਰੇ, ਭਰੋਵਾਣਾ, ਸ਼ੇਖ ਮਾਂਗਾ, ਸ਼ਰੂਆਨ, ਚੁੰਗੀਆਂ ਆਦਿ ਪਿੰਡ ਅਜੇ ਵੀ ਪਾਣੀ ਬਹੁਤ ਭਰਿਆ ਹੈ, ਜਿੱਥੇ ਘਰਾਂ 'ਚ ਘਿਰੇ ਲੋਕਾਂ ਨੂੰ ਸਹਾਇਤਾ ਦੀ ਬਹੁਤ ਜ਼ਰੂਰਤ ਹੈ। ਇਸ ਮੌਕੇ ਬਾਬਾ ਜਰਨੈਲ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਕਿੱਕਰ ਸਿੰਘ, ਬਾਬਾ ਬੋੜ ਸਿੰਘ, ਭਾਈ ਸਤਨਾਮ ਸਿੰਘ, ਸ਼ਮਸ਼ੇਰ ਸਿੰਘ ਜੇਠੂਵਾਲ, ਲਖਵਿੰਦਰ ਸਿੰਘ ਸੋਨਾ ਅਤੇ ਤੇਜਿੰਦਰਪਾਲ ਸਿੰਘ ਲਾਡੀ ਵੀ ਮੌਜੂਦ ਸਨ। ਬਿਊਰੋ ਰਿਪੋਰਟ, ਆਵਾਜ਼ੇ ਕੌਮ ਟੀਵੀ।